ਕੰਪਲੈਕਸ ਨਾਮਕ ਸੰਸਥਾ ਨੇ ਸਾਊਦੀ ਅਰਬ ਦੀ ਇੱਕ ਜੇਲ੍ਹ ਵਿੱਚੋਂ ਇੱਕ ਵਿਅਕਤੀ ਨੂੰ ਛੁਡਵਾਉਣ ਦਾ ਦਾਅਵਾ ਕੀਤਾ ਹੈ। ਦਰਅਸਲ ਸੁਦੇਵ ਨਾਂ ਦੇ ਇੱਕ ਵਿਅਕਤੀ 2015 ਤੋਂ ਉੱਥੋਂ ਦੀ ਜੇਲ੍ਹ ਵਿੱਚ ਬੰਦ ਸੀ। 29 ਸਾਲਾਂ ਦੇ ਸੁਦੇਵ ਸਿੰਘ ਨੇ ਦੱਸਿਆ ਕਿ 2014 ਵਿੱਚ ਸਾਊਦੀ ਅਰਬ ਗਿਆ ਸੀ, ਫਿਰ ਕੁਝ ਮਹੀਨੇ ਉਸਨੇ ਇੱਕ ਕੰਪਨੀ ਵਿੱਚ ਕੰਮ ਕੀਤਾ ਤੇ ਫਿਰ ਉਸ ਕੰਪਨੀ ਨੇ ਕੁਝ ਦੇਰ ਬਾਅਦ ਉਸਨੂੰ ਤਨਖਾਹ ਦੇਣੀ ਬੰਦ ਕਰ ਦਿੱਤੀ ਤੇ ਜਦੋਂ ਉਸ ਵੱਲੋਂ ਕੰਪਨੀ ਤੋਂ ਤਨਖਾਹ ਮੰਗਣੀ ਚਾਹੀ ਤਾਂ ਉਸ ਤੇ ਗਲਤ ਮਾਮਲਾ ਦਰਜ ਕਰਵਾ ਕੇ 5 ਮਹੀਨਿਆਂ ਦੀ ਸਜ਼ਾ ਕਰਵਾ ਕੇ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਗਿਆ। ਜੇਲ੍ਹ ਵਿੱਚ ਸਜ਼ਾ ਭੁਗਤਣ ਦੇ ਬਾਵਜੂਦ ਵੀ ਉਸਨੂੰ ਜੇਲ੍ਹ ਵਿੱਚੋਂ ਰਿਹਾਅ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਉਸਦੇ ਪਰਿਵਾਰ ਵੱਲੋਂ ਇਸ ਐਨਜੀਓ ਦੀ ਮਦਦ ਲਈ ਗਈ। ਸਾਊਦੀ ਅਰਬ ਗਿਆ ਜੀ, ਮੈਂ ਛੁੱਟੀ ਕੱਟ ਕੇ ਦੁਬਾਰਾ 2 ਮਹੀਨੇ ਉੱਥੇ ਗੱਡੀ ਚਲਾਈ ਆ ਤੇ ਕੰਪਨੀ ਨੇ ਝੂਠਾ ਕੇਸ ਪਾ ਕੇ ਤੇ ਮੈਨੂੰ ਜੇਲ੍ਹ ਚ ਫੜਾਤਾ ਤੇ ਬਾਅਦ ਚ ਸੇਗਨ 5 ਮਹੀਨੇ ਸਜ਼ਾ ਦਿੱਤੀ, 5 ਮਹੀਨੇ ਫਾਲਤੂ ਲੱਗੇ ਤੇ ਬਾਅਦ ਚ ਬੀਬੀ ਰਾਮੂ ਵਾਲੀਆਂ ਨੇ ਤੇ ਹੈਲਪ ਕੀਤੀ ਤੇ ਜਲਦੀ ਜਲਦੀ ਮੈਨੂੰ ਇੰਡੀਆ ਲੈ ਗਏ, ਵਾਪਸ ਲੈ ਗਏ। 200 ਦੇ ਕਰੀਬ ਆਉਣਗੇ ਲੜਕੀਆਂ ਮੁੰਡੇ ਪੰਜਾਬ ਦੇ, ਪੂਰੇ ਇੰਡੀਆ ਦੇ। ਇਹ ਬੱਚਾ ਸਾਊਦੀ ਅਰੇਬੀਆ ਜੇਲ੍ਹ ਚ ਸੀਗਾ, ਇਹਦੀ ਮਦਰ ਤੇ ਇਹਦੀ ਭੈਣ ਸਾਡੇ ਕੋਲ ਆਏ ਸੀਗੇ ਹੁਣ ਤੋਂ 1 ਮਹੀਨਾ ਪਹਿਲਾਂ ਮਦਦ ਮੰਗਣ ਲਈ, ਔਰ ਇਹਦੀ ਅਸੀਂ ਅਜੇ ਮਦਦ ਦੇ ਪ੍ਰੋਸੈਸ ਚ ਸੀ ਕਿ ਟ੍ਰੈਜਡੀ ਹੋਈ ਕਿ ਇਹਦੀ ਮਦਰ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੈਂ ਦਿੱਲੀ ਜਾ ਕੇ ਖੁਦ ਫੋਰਨ ਅਫੇਅਰ ਦੇ ਵਿੱਚ ਆਪ ਮਿਨਿਸਟਰ ਨੂੰ ਜਾ ਕੇ ਮਿਲੀ ਤਾਂ ਉੱਥੇ ਉਹਨਾਂ ਨੂੰ ਇਹਨੂੰ ਫਿਰ ਛਡਾਇਆ।